ਵਿਧਾਨਸਭਾ ਹਲਕਾ ਦੀਨਾਨਗਰ ਵਿਖੇ ਵੋਟਿੰਗ ਨੂੰ ਲੈ ਕੇ ਲੋਕਾਂ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ। ਸਿੱਖਿਆ ਮੰਤਰੀ ਪੰਜਾਬ ਵਰਨਾ ਚੌਧਰੀ ਵੱਲੋਂ ਆਪਣੇ ਪਿੰਡ ਅਵਾਖਾ ਵਿਖੇ ਵੋਟ ਪਾਈ ਗਈ। ਇਸ ਮੌਕੇ ਉਹਨਾਂ ਨਾਲ ਲੋਕ ਸਭਾ ਜ਼ਿਮਨੀ ਚੋਣ ਲੜ ਰਹੇ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਵੀ ਸਨ। ਉਹਨਾਂ ਵੱਲੋਂ ਪਹਿਲੇ ਗੁਰਦਾਸਪੁਰ ਪੋਲਿੰਗ ਬੂਥਾਂ ਦਾ ਦੌਰਾ ਕਰਨ ਉਪਰੰਤ ਦੀਨਾਨਗਰ ਪਹੁੰਚੇ। ਇਸ ਮੌਕੇ ਸਿੱਖਿਆ ਮੰਤਰੀ ਪੰਜਾਬ ਅਰੁਣਾ ਚੌਧਰੀ ਅਤੇ ਕਾਂਗਰਸ ਲੋਕ ਸਭਾ ਜ਼ਿਮਨੀ ਚੋਣ ਦੇ ਉਮੀਦਵਾਰ ਸੁਨੀਲ ਜਾਖੜ ਨੇ ਦੱਸਿਆ ਕਿ ਲੋਕਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲ ਰਿਹਾ ਹੈ। ਹਰ ਇੱਕ ਆਦਮੀ ਨੂੰ ਵੋਟ ਪਾਉਣ ਦਾ ਅਧਿਕਾਰ ਹੈ, ਉਹ ਆਪਣੇ ਅਧਿਕਾਰ ਨੂੰ ਸਮਝ ਕੇ ਹੀ ਵੋਟ ਪਾਵੇ। ਵਧੀਆ ਉਤਸ਼ਾਹ ਹੈ। ਹੁਣ ਤੋਂ ਪਹਿਲੇ 1 ਘੰਟੇ ਤਕਰੀਬਨ 100 ਤੋਂ ਜ਼ਿਆਦਾ ਵੋਟਾਂ ਪੈ ਗਈਆਂ। ਲੋਕਾਂ 'ਚ ਬੜਾ ਭਾਰੀ ਉਤਸ਼ਾਹ ਹੈ ਅਤੇ ਮਹਿਲਾਵਾਂ ਦਾ ਵੀ ਬਹੁਤ ਵੱਡਾ ਯੋਗਦਾਨ ਆ ਰਹੀਆਂ, ਘੁੰਮ ਆ ਕੇ ਵੋਟਾਂ ਪਾ ਰਹੇ ਡੈਮੋਕ੍ਰੇਟਿਕ ਪ੍ਰੋਸੈਸ ਦੇ ਅੰਦਰ। ਮੈਂ ਸਮਝਦਾ ਵੀ ਲੋਕ ਬੜਾ ਤਕੜੀ ਪਰਸੈਂਟੇਜ ਆਫ ਪੋਲਿੰਗ ਜਾਂਦੇ, ਲੋਕਾਂ ਨੂੰ ਕਰਨਾ ਚਾਹੀਦਾ ਵੱਧ ਕੇ ਆ ਕੇ ਆਪਣਾ ਜਿਹੜਾ ਅਧਿਕਾਰ ਹੈ ਵੋਟ ਦਾ ਇਸਤੇਮਾਲ ਕਰਨਾ ਚਾਹੀਦਾ। ਅਗਰੇ ਜੀ ਜਾਖੜ ਸਾਹਿਬ ਕਿੰਨੀ ਲੀਡ ਕਰਨਗੇ ਗੁਰਦਾਸਪੁਰ ਜ਼ਿਲ੍ਹੇ 'ਚ? ਮੈਨੂੰ ਤਾਂ ਲੱਗਦਾ ਕਿ ਬਹੁਤ ਭਾਰੀ ਲੀਡਾਂ ਜਿੱਤਣਗੇ, 1.5-2 ਲੱਖ ਦੀ ਲੀਡ ਆਉਣੀ ਚਾਹੀਦੀ ਹੈ। ਦੀਨਾਨਗਰ ਤੋਂ ਦੀਪਕ ਕੁਮਾਰ, ਜੀਵੇ ਪੰਜਾਬ ਟੀਵੀ।